ਜਗਬਾਨੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਮੈਂ ਹਾਂ ਵਰੁਣ ਪੱਟ ਆਮ ਆਦਮੀ ਪਾਰਟੀ ਵੱਲੋਂ ਚਾਰ ਉਮੀਦਵਾਰਾਂ ਦੀ ਤੇ ਪੰਜਾਬ ਬੀਜੇਪੀ ਦੇ ਤਿੰਨ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਹੋ ਚੁੱਕਿਆ ਹੈਗਾ ਗੱਲਬਾਤ ਕਰਾਂਗੇ ਸਾਡੇ ਨਾਲ ਜਗਬਾਨੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਕੁਮਾਰ ਵਸ਼ਿਸ਼ਟ ਜੀ ਨਾਲ ਗੱਲਬਾਤ ਕਰਾਂਗੇ ਅ ਸਰ ਜਲੰਧਰ ਤੋਂ ਪਵਨ ਕੁਮਾਰ ਟੀਨੂ ਨੂੰ ਜਲੰਧਰ ਦੇ ਵਿੱਚੋਂ ਪੱਪੀ ਪ੍ਰਾਸ਼ਰ ਨੂੰ ਤੇ ਫਿਰੋਜ਼ਪੁਰ ਤੋਂ ਕਾਕਾ ਬਰਾੜ ਤੇ ਗੁਰਦਾਸਪੁਰ ਤੋਂ ਸ਼ਹਿਰੀ ਕਲਸੀ ਆਮ ਆਦਮੀ ਪਾਰਟੀ ਨੇ ਇਹ ਮੈਦਾਨ ਦੇ ਵਿੱਚ ਚਿਹਰੇ ਐਲਾਨ ਦਿੱਤੇ ਨੇ ਤਕਰੀਬ ਉਹਨਾਂ ਦੇ ਹੁਣ 13 ਜਿਹੜੇ ਉਮੀਦਵਾਰ ਨੇ ਉਹ ਪੂਰੇ ਹੋ ਗਏ ਨੇ ਤੇ ਭਾਜਪਾ ਨੇ ਵੀ ਤਿੰਨ ਉਮੀਦਵਾਰ ਐਲਾਨ ਦਿੱਤੇ ਨੇ ਜਿਨ੍ਹਾਂ ਦੇ ਵਿੱਚੋਂ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਜੀ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮੀਆਂ ਵਿੰਡ ਖਡੂਰ ਸਾਹਿਬ ਤੋਂ ਤੇ ਉਸ ਤੋਂ ਇਲਾਵਾ ਬਠਿੰਡੇ ਤੋਂ ਪਰਮਪਾਲ ਕੌਰ ਸਿੱਧੂ ਜਿਨ੍ਹਾਂ ਦਾ ਲਗਭਗ ਤੈਅ ਸੀਗਾ ਕਿ ਉਹ ਭਾਜਪਾ ਦੇ ਵਿੱਚ ਗਏ ਨੇ ਤਾਂ ਉਹਨਾਂ ਦੀ ਟਿਕਟ ਤੈਅ ਸੀ ਬਿਲਕੁਲ ਸਹੀ ਗੱਲ ਆ ਆਮ ਆਦਮੀ ਪਾਰਟੀ ਪੰਜਾਬ ਦੀ ਐਸੀ ਪਹਿਲੀ ਪੋਲੀਟੀਕਲ ਪਾਰਟੀ ਹੈ ਕਿ ਜਿਨੇ ਸਾਰੀਆਂ 13 ਲੋਕ ਸਭਾ ਸੀਟਾਂ ਤੋਂ ਆਪਣੇ ਉਮੀਦਵਾਰ ਐਨਾਉਂਸ ਕਰ ਦਿੱਤੇ ਨੇ ਤੇ ਫਿਰ ਸ਼ੁਰੂਆਤ ਦੇ ਵਿੱਚ ਜਿਸ ਤਰ੍ਹਾਂ ਉਹ ਫਰੰਟ ਫੁੱਟ ਤੇ ਆ ਕੇ ਖੇਡਣਾ ਸ਼ੁਰੂ ਕੀਤਾ ਸੀ ਔਰ ਟਿਕਟਾਂ ਦੀ ਜਿਹੜੀ ਘੋਸ਼ਣਾ ਦੇ ਵਿੱਚ ਉਹਨਾਂ ਨੇ ਬਾਜ਼ੀਮਾਰੀ ਹੈ ਹੁਣ ਤੱਕ ਅ ਅਸ਼ੋਕ ਪ੍ਰੈਸ਼ਰ ਪੱਪੀ ਜਿਹੜੇ ਲੁਧਿਆਣਾ ਕੇਂਦਰੀ ਤੋਂ ਐਮ ਐਲ ਏ ਨੇ ਉਹਨਾਂ ਨੂੰ ਲੁਧਿਆਣਾ ਤੋਂ ਉਮੀਦਵਾਰ ਵੜਾਇਆ ਗਿਆ ਸ਼ਹਿਰੀ ਕਲਸੀ ਦਾ ਜ਼ਿਕਰ ਆਪਾਂ ਆਪਣੇ ਪ੍ਰੋਗਰਾਮ ਦੇ ਵਿੱਚ ਕਾਫੀ ਦਿਨ ਪਹਿਲਾਂ ਕੀਤਾ ਸੀ ਬਟਾਲੇ ਤੋਂ ਐਮ ਐਲ ਏ ਨੇ ਔਰ ਤੀਸਰੇ ਐਮ ਐਲ ਏ ਮੁਕਸਰ ਤੋਂ ਜਿਹੜੇ ਜਗਦੀਪ ਸਿੰਘ ਕਾਕਾ ਉਹ ਫਿਰੋਜ਼ਪੁਰ ਤੋਂ ਉਹਨਾਂ ਨੂੰ ਮੀਤਰ ਬਣਾਇਆ ਗਿਆ ਔਰ ਤਿੰਨ ਐਮਐਲਏ ਔਰ ਚੌਥੇ ਜਿਹੜੇ ਕੈਂਡੀਡੇਟ ਨੇ ਉਹ ਪਵਨ ਕੁਮਾਰ ਟੀਨੂ ਜਿਹੜੇ ਕੁਝ ਦਿਨ ਪਹਿਲਾਂ ਹੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ ਅਕਾਲੀ ਦਲ ਤੋਂ ਉਹਨਾਂ ਨੂੰ ਪਾਰਟੀ ਨੇ ਆਪਣਾ ਮੀਤਰ ਬਣਾਇਆ ਤੇ ਸਾਰੀਆਂ ਜੋ ਅਟਕਲਾਂ ਸੀ ਉਹਨਾਂ ਤੇ ਵਿਰਾਮ ਦਿੰਦੇ ਹੋਏ ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਤੋਂ ਟਿਕਟਾਂ ਦੇ ਅਨਾਉਂਸਮੈਂਟ ਦੇ ਵਿੱਚ ਬਾਜ਼ੀ ਮਾਰੀ ਹੈ ਕਿਵੇਂ ਦੇਖਦੇ ਹੋ ਤਿੰਨ ਵਿਧਾਇਕ ਤੇ ਪਵਨ ਟੀਨੂ ਸਾਬਕਾ ਵਿਧਾਇਕ ਜੋ ਅਕਾਲੀ ਦਲ ਤੋਂ ਆਪ ਦੇ ਵਿੱਚ ਸ਼ਾਮਲ ਹੋਏ ਜੋ ਲੁਧਿਆਣੇ ਦੇ ਵਿੱਚ ਚਰਚਾ ਸੀ ਜੱਸੀ ਖੰਗੂੜਾ ਸਕਦਾ ਹੈ ਅਨਮੋਲ ਕਵਾਤਰਾ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਨਾਮ ਚੱਲ ਰਹੇ ਸੀ ਆਬਾਬ ਗਰੇਵਾਲ ਇਸੇ ਤਰੀਕੇ ਦੇ ਨਾਲ ਗੁਰਦਾਸਪੁਰ ਦੇ ਵਿੱਚ ਰਮਨ ਬਹਿਲ ਤਿਆਰੀ ਵੀ ਲਗਭਗ ਕਰ ਹੀ ਰਹੇ ਸੀ ਉਮੀਦਵਾਰ ਪਰ ਨਾਮ ਜਿਹੜੇ ਲਿਸਟ ਦੇ ਵਿੱਚੋਂ ਨਿਕਲ ਕੇ ਆ ਉਹ ਕੁਝ ਹੋਰ ਨੇ ਇਸੇ ਤਰੀਕੇ ਦੇ ਹੀ ਭਾਜਪਾ ਵੱਲੋਂ ਵੀ ਇਹੀ ਕੁਝ ਜਿਹੜਾ ਹੈਗਾ ਅਚੰਭਾ ਦਿੱਤਾ ਗਿਆ ਹੁਸ਼ਿਆਰਪੁਰ ਸੀਟ ਤੇ ਸੋਮ ਪ੍ਰਕਾਸ਼ ਉਹਨਾਂ ਦੀ ਪਤਨੀ ਨੂੰ ਮੈਦਾਨ ਦੇ ਵਿੱਚ ਉਤਾਰਤਾ ਚਰਚਾ ਸੀ ਕਿ ਕੋਈ ਸਾਬਕਾ ਆਈਪੀਐਸ ਅਫਸਰ ਭਾਜਪਾ ਵਿੱਚ ਸ਼ਾਮਲ ਹੋ ਕੇ ਉੱਥੋਂ ਦੀ ਟਿਕਟ ਲੈ ਸਕਦੇ ਨੇ ਬਿਲਕੁਲ ਇੱਕ ਪੰਜਾਬ ਦੇ ਸੀਨੀਅਰ ਆਈਪੀਐਸ ਆਈਪੀਐਸ ਅਫਸਰ ਜਿਹੜੇ ਡੀਜੀਪੀ ਰਹੇ ਨੇ ਰਿਟਾਇਰ ਹੋਏ ਨੇ ਉਹਨਾਂ ਦੀ ਚਰਚਾ ਕਾਫੀ ਕੁਝ ਦਿਨਾਂ ਤੋਂ ਸੀ ਰਾਜਨੀਤਿਕ ਗਲਿਆਰਾਂ ਦੇ ਵਿੱਚ ਲੇਕਿਨ ਪਾਰਟੀ ਨੇ ਫਿਰ ਤੋਂ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੇ ਪਰਿਵਾਰ ਦੇ ਉੱਪਰ ਆਪਣਾ ਭਰੋਸਾ ਜਤਾਉਂਦੇ ਹੋਏ ਅਨੀਤਾ ਸੋਮ ਪ੍ਰਕਾਸ਼ ਰੋਥੋ ਕੈਂਡੀਡੇਟ ਬਣਾਇਆ ਬੜਾ ਦਿਲਚਸਪ ਇਹ ਚੁਆਇਸ ਹੈਗੀ ਆ ਹਾਲਾਂਕਿ ਚਰਚਾਆਂ ਵਿੱਚ ਸੀ ਕਿ ਇਸ ਵਾਰ ਉਹਨਾਂ ਦੇ ਟਿਕਟ ਕੱਟ ਸਕਦੀ ਹੈ ਲੇਕਿਨ ਫਿਰ ਤੋਂ ਉਹਨਾਂ ਤੇ ਭਰੋਸਾ ਜਤਾਇਆ ਗਿਆ ਇਸੇ ਪ੍ਰਕਾਰ ਜਿੱਦਾਂ ਕਿ ਬਠਿੰਡਾ ਸੀਟ ਦੀ ਆਪਾਂ ਗੱਲ ਕਰੀਏ ਪਰੰਪਰਕ ਦੋ ਰਿਟਾਇਰਡ ਆਈਐਸ ਜਿਨ੍ਹਾਂ ਨੇ ਪਿੱਛੇ ਦੇ ਵਿੱਚ ਜਿਹੜੇ ਸਿਕੰਦਰ ਸਿੰਘ ਮਲੂਕਾ ਸਾਹਿਬ ਕਾ ਪੰਜਾਬ ਸਰਕਾਰ ਦੇ ਮੰਤਰੀ ਸਾਹਿਬ ਕਾ ਅਕਾਲੀ ਲੀਡਰ ਸਾਹਿਬ ਕਾ ਤਾਂ ਨਹੀਂ ਹਨ ਹਜੇ ਵੀ ਅਕਾਲੀ ਲੀਡਰ ਨੇ ਉਹ ਤੇ ਉਹਨਾਂ ਦੀ ਜਿਹੜੀ ਨੂੰਹ ਹੈ ਉਹਨਾਂ ਦਾ ਬੇਟਾ ਗੁਰਪ੍ਰੀਤ ਸਿੰਘ ਮਲੂਕਾ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਰਹੇ ਨੇ ਉਹ ਦੋਨੋਂ ਆਪਣੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ ਦਿੱਲੀ ਵਿਖੇ ਤੇ ਚਰਚਾ ਸੀ ਕਿ ਉਹ ਇੱਥੇ ਲੜਨਗੇ ਤੇ ਉਹਨਾਂ ਚਰਚਾਵਾਂ ਦੇ ਮੁਤਾਬਕ ਅਕੋਰਡਿੰਗ ਉਹਨਾਂ ਨੂੰ ਅੱਜ ਪਾਰਟੀ ਨੇ ਆਪਣਾ ਕੈਂਡੀਡੇਟ ਬਠਿੰਡੇ ਤੋਂ ਬਣਾਇਆ ਤੇ ਕਿਵੇਂ ਦੇਖਦੇ ਤੁਸੀਂ ਆਮ ਆਦਮੀ ਪਾਰਟੀ ਕਿਤਨਾ ਕਿਤੇ ਜਿਹੜੇ ਤਿੰਨ ਚਿਹਰੇ ਨੇ ਤੀਨੂ ਹੋਣੀ ਅ ਜਿਹੜਾ ਹੈਗਾ ਰਿਜ਼ਰਵ ਸੀਟ ਹੈਗੀ ਜਲੰਧਰ ਉਹਨਾਂ ਨੂੰ ਉੱਥੋਂ ਦੀ ਲਿਆਂਦਾ ਗਿਆ ਹੈਗਾ ਤੇ ਬਾਕੀ ਲੁਧਿਆਣਾ ਜਾਂ ਗੁਰਦਾਸਪੁਰ Hindu ਚਿਹਰੇ ਦੇ ਉੱਪਰ ਹੀ ਜਿਹੜਾ ਹੈਗਾ ਜਤਾਇਆ ਗਿਆ ਹੈਗਾ ਭਰੋਸਾ ਤਾਂ ਕਿਵੇਂ ਦੇਖਦੇ ਹੋ ਤੁਸੀਂ ਲੁਧਿਆਣੇ ਦੇ ਵਿੱਚ ਜੋ ਚਰਚਾਵਾਵਾਂ ਸੀਗੀਆਂ ਜਿਸ ਤਰੀਕੇ ਨਾਲ ਰਵਨੀਤ ਬਿੱਟੂ ਕਾਂਗਰਸ ਤੋਂ ਭਾਜਪਾ ਦੇ ਵਿੱਚ ਗਏ ਤਾਂ ਹੁਣ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਵੀ ਉਸੇ ਤਰੀਕੇ ਦੀ ਹੀ ਜਿਹੜੀ ਹੈਗੀ ਹੈ ਫੀਲਡਿੰਗ ਲਗਾ ਰਹੀ ਹੈ ਹਾਲਾਂਕਿ ਕਾਂਗਰਸ ਦੇ ਜਿਹੜੇ ਲੋਕਲ ਲੀਡਰ ਨੇ ਉਹ ਵੀ ਇਹ ਕਹਿ ਰਹੇ ਨੇ ਵੀ ਸਾਨੂੰ ਵੀ ਲੋਕਲ ਬੰਦਾ ਚਾਹੀਦਾ ਇਸੇ ਕਰਕੇ ਹੀ ਬੈਂਚ ਦੀ ਜੁਆਇਨਿੰਗ ਜਿਹੜੀ ਹੈ ਅਜੇ ਤੱਕ اٹਕੀ ਹੋਈ ਹੈਗੀ ਹੈ ਬਿਲਕੁਲ ਸਹੀ ਗੱਲ ਹੈ ਜਿਸ ਤਰ੍ਹਾਂ ਵਰੁਣ ਜੀ ਕਿ ਜਦੋਂ ਵੀ ਕਿਸੇ ਸਟੇਟ ਜਾਂ ਦੇਸ਼ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਉਹ ਹਮੇਸ਼ਾ ਅਟੈਕਿੰਗ ਮੋਡ ਤੇ ਰਹਿੰਦੀ ਹੈ ਤੁਸੀਂ ਯੂਪੀਏ ਗਵਰਨਮੈਂਟ 'ਚ ਦੇਖਿਆ ਕਿ ਕਾਂਗਰਸ ਨੇ ਹਮੇਸ਼ਾ ਅਟੈਕਿੰਗ ਮੋਡ ਨੂੰ ਅਪਣਾਇਆ ਅੱਜ ਭਾਜਪੀ ਦੇਸ਼ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਅਟੈਕਿੰਗ ਮੋਡ ਤੇ ਆ ਟਿਕਟਾਂ ਦੇ ਅਨਾਉਂਸਮੈਂਟ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ ਤੇ ਪੰਜਾਬ ਦੇ ਵਿੱਚ ਕਿਉਂਕਿ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਬਹੁਤ ਤਕੜਾ ਬਹੁਮਤ 92 ਐਮਐਲਐਸ 117 ਦੇ ਵਿੱਚੋਂ ਜਿੱਤੇ ਸੀ ਤੇ ਉਹ ਉਹਨਾਂ ਨੇ ਅਨਾਉਂਸਮੈਂਟ ਦੇ ਵਿੱਚ ਬਾਜ਼ੀ ਮਾਰੀ ਹੈ ਜਿੱਥੋਂ ਤੱਕ ਹੁਣ ਬਾਕੀ ਪਾਰਟੀਆਂ ਨੇ ਬਾਕੀ ਪਾਰਟੀਆਂ ਵੀ ਹਜੇ ਫਿਲਹਾਲ ਆਮ ਆਦਮੀ ਪਾਰਟੀ ਦੇ ਕੈਂਡੀਡੇਟਸ ਦੀ ਵੇਟ ਕਰ ਰਹੀਆਂ ਸੀ ਅਨਾਉਂ ਅ ਬੀਤੇ ਦਿਨੀ ਸਭ ਤੋਂ ਜਿਹੜੀ ਚੰਬੇ ਵਾਲੀ ਗੱਲ ਰਹੀ ਆ ਅਕਾਲੀ ਦਲ ਦੀ ਜਿਹੜੀ ਪਹਿਲੀ ਲਿਸਟ ਅਨਾਉਂਸ ਹੋਈ ਉਹਦੇ ਚ ਸੁਖਵੀਰ ਸਿੰਘ ਬਾਦਲ ਹੋ ਪ੍ਰਧਾਨ ਹੋਣ ਦੇ ਬਾਵਜੂਦੋ ਆਪਣੀ ਪਤਨੀ ਦੀ ਉਹਨਾਂ ਨੇ ਅਨਾਉਂਸਮੈਂਟ ਟਿਕਟ ਦੇਰ ਸਿਮਰਤ ਬਾਦਲ ਦੀ ਬਠਿੰਡੇ ਤੋਂ ਨਹੀਂ ਕੀਤੀ ਤੇ ਇਸੇ ਪ੍ਰਕਾਰ ਪਰਮਿੰਦਰ ਸਿੰਘ ਢੀਂਡਸਾ ਜਿਹੜੇ ਕਿ ਸੰਭਾਵੀ ਕੈਂਡੀਡੇਟ ਸੀਗੇ ਸੰਗਰੂਰ ਤੋਂ ਉਹਨਾਂ ਨੂੰ ਵੀ ਟਿਕਟ ਨਹੀਂ ਦਿੱਤੀਗੀ ਉੱਥੇ ਇਕਵਾਲ ਸਿੰਘ ਝੁੰਦਾ ਨੂੰ ਬਣਾਇਆ ਗਿਆ ਹਾਲਾਂਕਿ ਸੁਖਦੇਵ ਸਿੰਘ ਢੀਂਸਾ ਇਸ ਸਮੇਂ ਦਿੱਲੀ ਦੇ ਵਿੱਚ ਨੇ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਉਹ ਧਮਾਕਾ ਕੋਈ ਵੱਡਾ ਰਾਜਨੀਤਿਕ ਧਮਾਕਾ ਕਰ ਸਕਦੇ ਨੇ ਤੇ ਚਰਚਾ ਇਹ ਹੈ ਵੀ ਉਹਨਾਂ ਦੀ ਬੀਜੇਪੀ ਦੀ ਜਿਹੜੀ ਹਲਾ ਕਮਾਂਡ ਹੈਗੇ ਹਾਈ ਕਮਾਂਡ ਉਹਨਾਂ ਦੇ ਸੀਨੀਅਰ ਨੇਤਾਵਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਕਿਵੇਂ ਦੇਖਦੇ ਹੋ ਬਠਿੰਡਾ ਸੀਟ ਦੇ ਉੱਪਰ ਬਲਕੌਰ ਸਿੰਘ ਕੀ ਇੰਡੀਪੈਂਡੈਂਟ ਹੁਣ ਆ ਸਕਦੇ ਨੇ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਜੀਤ ਮਹਿੰਦਰ ਸਿੱਧੂ ਦਾ ਨਾਮ ਉੱਥੋਂ ਐਲਾਨਿਆ ਕਾਹ ਇਹ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਬਲਕੌਰ ਸਿੰਘ ਇੰਡੀਪੈਂਡੈਂਟ ਆ ਸਕਦੇ ਨੇ ਤੁਹਾਨੂੰ ਕੀ ਲੱਗਦਾ ਹੁਣ ਸਥਿਤੀ ਉੱਥੇ ਕਿਸ ਤਰੀਕੇ ਦੀ ਬੰਦ ਹੀ ਨਜ਼ਰ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਹਰਸਿਮਰਤ ਕੋਰ ਬਾਦਲ ਉਹਨਾਂ ਨੇ ਬਿਆਨ ਦਿੱਤਾ ਕਿ ਪਾਰਟੀ ਕੋਚ ਮਰਜ਼ੀ ਫੈਸਲਾ ਕਰੇ ਉਹ ਬਠਿੰਡੇ ਤੋਂ ਹੀ ਚੋਣ ਲੜਨਗੇ ਉਹ ਵੀ ਉਸ ਟਾਈਮ ਉਹਨਾਂ ਦਾ ਬਿਆਨ ਆਇਆ ਜਦੋਂ ਜੀਤ ਮਹਿੰਦਰ ਸਿੱਧੂ ਦਾ ਨਾਮ ਅਨਾਉਂਸ ਹੋ ਗਿਆ ਹੈਗਾ ਬਿਲਕੁਲ ਵਰਨ ਜੀ ਆਪਾਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਚਰਚਾ ਕੀਤੀ ਸੀ ਇਹਦੇ ਬਾਰੇ ਕਿ ਜਿਸ ਤਰ੍ਹਾਂ ਸਰਦਾਰ ਸੁਖਦੇਵ ਸਿੰਘ ਢੀਂਟਸਾ ਨੇ ਇਹ ਅਲੀਗੇਸ਼ਨ ਲਗਾਈ ਸੀ ਬਾਦਲ ਪਰਿਵਾਰ ਦੇ ਉੱਪਰ ਕਿ ਜਿਹੜਾ ਪਰਮਿੰਦਰ ਢੀਂਟਸਾ ਨੂੰ ਸੰਗਰੂਰ ਤੋਂ ਕੈਂਡੀਡੇਟ ਨਹੀਂ ਬਣਾਉਣ ਦੇ ਪਿੱਛੇ ਇਹ ਮੈਚ ਫਿਕਸਿੰਗ ਹੈ ਸੌਦੇਬਾਜ਼ੀ ਹੋਈ ਹੈ ਔਰ ਰਾਜਨੀਤੀ ਹੋਈ ਹੈ ਉਹਨਾਂ ਨਾਲ ਉਹ ਕਿਤਨਾ ਕਿਤੇ ਜਿਹੜੀ ਕਾਂਗਰਸ ਵੱਲੋਂ ਜੀਤ ਮਹਿੰਦਰ ਸਿੰਘ ਸਿੱਧੂ ਦੇ ਮੈਦਾਨ ਚਾਉਣ ਨਾਲ ਉਹ ਉਹਨਾਂ ਦੀਆਂ ਜਿਹੜੀਆਂ ਜੋ ਅਲੀਗੇਸ਼ਨ ਸੀ ਉਹਨੂੰ ਬਲ ਮਿਲਿਆ ਤੇ ਉਸ ਤੋਂ ਬਾਅਦ ਤੁਸੀਂ ਇੱਕ ਚੀਜ਼ ਬੜੀ ਨੋਟ ਕੀਤੀ ਹੋਣੀ ਹੈ ਜਿੱਥੇ ਪਹਿਲੀ ਟਿਕਟ ਪਹਿਲੀ ਟਿਕਟਾਂ ਦੀ ਜਿਹੜੀ ਸੂਚੀ ਸੀ ਉਹਦੇ ਵਿੱਚ ਹਰ ਸਿਮਰਤ ਕੋਰ ਬਦਲਦਾ ਨਾਮ ਨਾ ਹੋਣਾ ਔਰ ਜੀਤਬਿੰਦਰ ਸਿੱਧੂ ਦੇ ਅਨਾਉਂਸਮੈਂਟ ਤੋਂ ਬਾਅਦ ਉਹਨਾਂ ਦਾ ਇਹ ਬਿਆਨ ਆਉਣਾ ਇਹ ਕਿਸੇ ਦੀ ਵੀ ਗੱਲੇ ਨਹੀਂ ਉਤਰ ਰਿਹਾ ਲੋਕ ਬੜੇ ਸਿਆਣੇ ਨੇ ਅੱਜਕੱਲ ਉਹ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ ਤੇ ਉਹਨਾਂ ਦੀ ਆਪਣੀ ਪਾਰਟੀ ਹੈ ਕੌਣ ਹਾਈ ਉਹੀ ਖੁਦ ਹਾਈ ਕਮਾਂਡ ਨੇ ਉਹੀ ਕਹਿਣਗੇ ਕਿ ਪਾਰਟੀ ਦਾ ਫੈਸਲਾ ਹੈ ਤੇ ਇਹਨੂੰ ਲੈ ਕੇ ਸੋਸ਼ਲ ਮੀਡੀਆ ਤੇ ਵੀ ਕਾਹੀ ਮੀਮਸ ਆਏ ਨੇ ਉਹਨਾਂ ਦੇ ਕਿਹਾ ਗਿਆ ਕਿ ਇਹ ਕੀ ਕਰ ਰਹੇ ਨੇ ਹੈਨਾ ਜੀ ਤੋਂ ਆਪਸ ਦੇ ਵਿੱਚ ਉਹ ਗੇਮ ਖੇਡ ਰਹੇ ਨੇ ਤੇ ਇਹ ਪੋਲਿਟਿਕਸ ਆ ਜੀ ਔਰ ਲੋਕ ਹੁਣ ਬਹੁਤ ਸਿਆਣੇ ਹੋ ਗਏ ਅਵੇਅਰ ਹੋ ਗਏ ਉਹ ਮੈਨੂੰ ਲੱਗਦਾ ਹੈ ਕਿ ਉਹਨਾਂ ਦੀਆਂ ਜਿਹੜੀਆਂ ਇਹਨਾਂ ਜਿਹੜੀਆਂ ਗੱਲਾਂ ਦੇ ਵਿੱਚ ਹੁਣ ਆਉਣ ਵਾਲੇ ਹੈ ਨਹੀਂਗੇ ਮਤਲਬ ਹੁਣ ਪੰਜਾਬ ਦੀ ਜਿਹੜੀ ਲੋਕ ਸਭਾ ਚੋਣ ਆ ਉਹ ਇੰਟਰਸਟਿੰਗ ਬਣਨ ਵਾਲੀ ਆ ਜਿਸ ਤਰੀਕੇ ਦੇ ਉਮੀਦਵਾਰ ਮੈਦਾਨ ਚ ਉਤਰ ਰਹੇ ਨੇ ਬਿਲਕੁਲ ਤੁਸੀਂ ਪਿਛਲਾ ਜਿਹੜਾ ਲੋਕ ਸਭਾ ਦਾ ਚੋਣ ਸੀਗਾ ਉਹਦੇ ਵਿੱਚ ਵੀ ਵੱਡੇ ਲੀਡਰ ਬਹੁਤ ਸਾਰੇ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਸੀਗੇ ਅਮਰਸਰ ਤੋਂ ਲੜੇ ਸੀ ਹੋਰ ਵੱਡੇ ਲੀਡਰ ਲੜੇ ਔਰ ਈਵਨ ਸੁਖਵੀਰ ਬਾਦਲ ਵੀ ਫਿਰੋਜ਼ਪੁਰ ਤੋਂ ਲੜੇ ਸੀ ਉਦੋਂ ਤੇ ਕਾਫੀ ਦਿਲਚਸਪ ਰਿਹਾ ਸੀ ਇਸ ਵਾਰ ਵੀ ਕਿਉਂਕਿ ਵੱਡੇ ਲੀਡਰ ਮੈਦਾਨ ਦੇ ਵਿੱਚ ਨੇ ਚਾਹੇ ਉਹ ਮਹਾਰਾਣੀ ਪ੍ਰਨੀਤ ਕੌਰ ਪਟਿਆਲੇ ਤੋਂ ਹੋਣ ਪੰਜ ਮੰਤਰੀਆਂ ਦੇ ਉੱਪਰ ਆਮ ਆਦਮੀ ਪਾਰਟੀ ਨੇ ਭਰੋਸਾ ਜਤਾਇਆ ਉਹ ਅਮਰਸਰ ਸੀ ਉਹ ਸੰਗਰੂਰ ਸੀ ਜਾਂ ਹੋਰ ਕਈ ਵਿਧਾਇਕਾਂ ਦੇ ਉੱਪਰ ਭਰੋਸਾ ਜਤਾਇਆ ਇਸੇ ਪ੍ਰਕਾਰ ਕਈ ਸਾਬਕਾ ਵਜ਼ੀਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸਿਤੋਂ ਕੈਂਡੀਡੇਟ ਨੇ ਜਲੰਧਰ ਤੋਂ ਤੇ ਬੜਾ ਇਹ ਜਿਹੜਾ ਚੋਣਵੀਂ ਮਹਾਸੰਵਰ ਹੈ ਚੋਣਵੀ ਜਿਹੜੀ ਇਹ 2000 ਆਪਣੇ 24 ਦੀਆਂ ਚੋਣਾਂ ਨੇ 13 ਲੋਕ ਸਭਾ ਸੀਟਾਂ ਕੋਈ ਬਹੁਤ ਜ਼ਿਆਦਾ ਚਾਹੇ ਸਰਕਾਰ ਦੇ ਉੱਪਰ ਇਹਨਾਂ ਦਾ ਫਰਕ ਨਾ ਪੈਂਦਾ ਹੋਵੇ ਲੇਕਿਨ ਪੰਜਾਬ ਦੇ ਜਿਹੜੇ ਸਮੀਕਰਨ ਨੇ 13 ਸੀਟਾਂ ਦੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਬਹੁਤ ਮਾਇਨੇ ਰੱਖਦੀ ਹੈ ਔਰ ਇਹ ਜਿਹੜਾ ਚੋਣ ਹੈ ਬੜੀ ਦਿਲਚਸਪ ਹੋਣ ਦੀ ਸੰਭਾਵਨਾ ਹੈ ਤਾਂ ਇਹ ਸਨ ਸਾਡੇ ਨਾਲ ਜਗਬਾਣੀ ਦੇ ਰੈਜ਼ੀਡੈਂਟ ਐਡੀਟਰ ਰਣਦੀਪ ਕੁਮਾਰ ਵਿਸ਼ਿਸ਼ਟ ਜੀ ਸਾਫ਼ ਤੌਰ ਤੇ ਕਹਿੰਦੇ ਨਜ਼ਰ ਆ ਰਹੇ ਨੇ ਕਿ ਪੰਜਾਬ ਦੀ ਜੋ ਸਿਆਸੀ ਫੀਜ਼ਾ ਹੈ ਉਹ ਬਦਲਣ ਵਾਲੀ ਹੈ ਕਿਉਂਕਿ ਹਰ ਇੱਕ ਪਾਰਟੀ ਉਸ ਤਰੀਕੇ ਦੇ ਉਮੀਦਵਾਰ ਮੈਦਾਨ ਦੇ ਵਿੱਚ ਉਤਾਰ ਰਹੀ ਹੈ ਤਾਂ ਜੋ ਉਹ ਪੰਜਾਬ ਦੇ ਵਿੱਚ ਆਪਣਾ ਵੋਟ ਗ੍ਰਾਫ ਜਿਹੜਾ ਹੈਗਾ ਉਹ ਵਧਾ ਸਕੇ ਫਿਲਹਾਲ ਅੱਜ ਆਮ ਆਦਮੀ ਪਾਰਟੀ ਵੱਲੋਂ ਚਾਰ ਹੋਰ ਉਮੀਦਵਾਰਾਂ ਦਾ ਜਿਹੜਾ ਹੈਗਾ ਉਹ ਐਲਾਨ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਭਾਜਪਾ ਵੱਲੋਂ ਤਿੰਨ ਉਮੀਦਵਾਰ ਐਲਾਨੇ ਗਏ ਨੇ ਤਾਂ ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਪੰਜਾਬ ਕਾਂਗਰਸ ਕਦੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ ਚੰਡੀਗੜ੍ਹ ਤੋਂ ਵੀਡੀਓ ਜਰਨਲਿਸਟ ਆਕਾਸ਼ ਦੇ ਨਾਲ ਜਗਬਾਣੀ ਲਈ ਵਰਣਪੱਟ